ਨਸਾਰ ਸੰਬੰਧ ਤਾਰ ਗੋਬਿੰਦ ਤਰਲ ਬਾਪ ਬੀਠਲਾ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵਾਂ ਰੱਖ ਸਰਮ ਅਸਾੜੀ ਜੀਉ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਕੋ ਪਾਲਾ ਕਰ ਕਿਰਪਾ ਨਾਨਕ ਗੁਣ ਗਾਵਾ ਰੱਖੋ ਸ਼ਰਮ ਅਸਾੜੀ ਜੀ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਨ ਸਗਲ ਵਿਦ ਸੋ ਸਤ ਗੁਰੂ ਹਮਾਰਾ ਕਰਨ ਕਰਾਵਨ ਸਗਲ ਬਿਦਾਂ ਸੋ ਸਤ ਗੁਰੂ ਹਮਾਰਾ ਜੁਗ ਹ ਜੁਗ ਟਲ ਚੌਰ ਛਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਅਪਰ ਅਪਾਰ ਕਿਰਪਾਲਤਾ ਰਹਿਮਤਾਂ ਦੁਆਰਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੇ ਪਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸਿੱਖ ਸੇਵਕ ਜੱਤਾ ਦਿੱਲੀ ਸਟੇਟ ਸੇਵਕਾਂ ਦੇ ਉਦਮ ਉਪਰਾਲੇ ਨਾਲ ਕੀਰਤਨ ਦਰਬਾਰ ਵਿਖੇ ਆਪਾਂ ਹਾਜ਼ਰੀਆਂ ਭਰ ਰਹੇ ਆਂ ਸਾਹਿਬਾਂ ਦੇ ਦਰ ਤੇ ਬੈਠਣ ਦਾ ਆਪਾਂ ਨੂੰ ਸੁਭਾਗਾ ਸਮਾਪਤ ਹੋਇਆ ਮਹਾਰਾਜ ਜੀ ਦੇ ਬੋਲਨ ਜਿਨ ਕੇ ਵੱਡੇ ਭਾਗ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਜਿਨਾਂ ਦੇ ਵੱਡੇ ਭਾਗ ਹੁੰਦੇ ਹਨ ਉਹ ਗੁਰੂ ਚਰਣਾ ਵਿੱਚ ਗੁਰੂ ਦੇ ਹਜ਼ੂਰੀ ਵਿੱਚ ਜੁੜ ਕੇ ਬੈਠਦੇ ਹਾਂ ਮਹਾਰਾਜ ਨੇ ਤਰਸ ਕਰਕੇ ਆਪਾਂ ਨੂੰ ਮਹਾ ਆਪਣੇ ਗੋਦ ਦਾ ਆਨੰਦ ਬਖਸ਼ਿਆ ਇਥੇ ਆਪਾਂ ਆਪਣੀ ਮਰਜ਼ੀ ਅਨੁਸਾਰ ਨਹੀਂ ਇਹ ਮਾਲਕ ਦੀ ਕਿਰਪਾ ਨਾਲ ਆਏ ਹਾਂ ਕੋਈ ਬੰਦਾ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਆ ਪਰ ਵਿਚਾਰ ਕਰੀਏ ਤੋ ਵਾਹਿਗੁਰੂ ਪ੍ਰਮਾਤਮਾ ਟਾਈਮ ਲਗਾਣੀ ਨਹੀਂ ਦੰਦਾਉ ਨੋ ਗੁਰੂ ਦਰਬਾਰ ਵਿੱਚ ਆਵਣ ਦਾ ਸੋ ਜਿਹੜੇ ਆਏ ਹੋਇਆ ਨਾ ਦੂਰੋ ਨੇੜੇ ਮਹਾਰਾਜ ਜੀ ਦੇ ਦਰਬਾਰ ਦਾ ਅਦਬ ਸਤਕਾਰ ਵਦ ਤੋਂ ਵਦ ਕਰੀਏ ਚੁੱਪ ਦਾ দান ਬਖਸ਼ੀਏ ਕਿਉਂਕਿ ਇਹ ਇਹੋ ਜੀ ਥਾਂ ਹੈ ਸਾਧ ਸੰਗਤ ਜੀ ਜਿੱਥੋਂ ਆਪਾਂ ਜੇ ਬੈਠ ਕੇ ਕਥਾ ਗ੍ਰਿਤਨ ਨਹੀਂ ਵੀ ਸੁਣਦੇ ਹਾਜ਼ਰੀ ਵੀ ਲਾਉਂਦੇ ਉਹ ਵੀ ਸਮਾ ਲੇਖੇ ਉੱਚ ਪੈਂਦਾ ਝੋਲੀਆਂ ਮਾਲਕ ਭਰਤਦਾ ਹੈ ਸੋ ਉਹ ਦਰ ਤੇ ਬੈਠਿਆਂ ਸਾਰੇ ਜੁੜ ਕੇ ਮਿਲ ਕੇ ਗੁਰੂ ਬਖਸ਼ਿ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ ਵੇਲੇ ਕੀਰਤਨ ਦਰਬਾਰ ਵਿਖਿਆਪਾ ਹਾਜ਼ਰੀਆ ਪਰ ਰਿਹਾ ਕੀਰਤਨ ਹੋਇਆ ਰਣ ਸਵਾਈ ਹੁਣੇ ਹੁਣੇ ਭਾਈ ਹਰਜੋਤ ਸਿੰਘ ਜੀ ਜਖਮੀ ਪੰਥ ਦੇ ਪ੍ਰਸਿੱਧ ਰਾਗੀ ਸਿੰਘ ਉਹਨਾਂ ਨੇ ਬਹੁਤ ਪਿਆਰੇ ਸੋਹਣੇ ਸ਼ਬਦਾਂ ਨਾਲ ਗੁਰੂ ਜਸ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉਨਾਂ ਤੋਂ ਪਹਿਲਾ ਹਜੂਰੀ ਰਾਗੀ ਪਾਈ ਵੀਰ ਸਿੰਘ ਦੀ ਸ਼ਬਦ ਪਾੜ ਰਹੇ ਸਨ ਹੋਲੀ ਕੀ ਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਹਾਰਾਜ ਕਹਿੰਦੇ ਹੋਲੀ ਅਸਲ ਉਹ ਹੈ ਸੰਤਾਂ ਨਾਲ ਮਿਲ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਸੇਵ ਪਾਉ ਵਯਾਦ ਕਰੀਏ ਉਹਦੀ ਯਾਦ ਵਿੱਚ ਜੁੜੀਏ ਉਹਦਾ ਸਿਮਰਨ ਕਰੀਏ ਤੇ ਜਿਹੜੇ ਜਪਦੇ ਹਨ ਮਿਲ ਕੇ ਬੈਠਦੇ ਹਨ ਉਹਨਾਂ ਨੂੰ ਉਹ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ Holi ਜੋ ਤਿਵਾਰ ਸਨਾਤਨ ਜਿਹੜੇ ਧਰਮ ਵਾਲੇ ਹਨ ਉਹ ਭਗਤ ਪ੍ਰਹਿਲਾਦ ਜੀ ਨਾਲ ਇਹਦਾ ਇਤਿਹਾਸ ਜੋੜਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਆਇਆ ਆ ਰਾਮ ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਲਾਦ ਜਪਿਓ ਹਰ ਜੈਸੇ ਜਿਸ ਤਰ੍ਹਾਂ ਛੋਟੀ ਮਾਰੇ ਵਿੱਚ ਤ੍ਰੂਪ ਭਗਤ ਪ੍ਰਹਲਾਦ ਜੀ ਨੇ ਨਾਮ ਜਪਿਆ ਹਰਨਾਕਸ਼ ਇੱਕ ਬਾਤ ਵੱਡਾ ਦਾਤ ਸੀ ਰਾਜਾ ਸੀ ਉਹਦੇ ਘਰ ਵਿੱਚ ਭਗਤ ਪ੍ਰਹਲਾਦ ਜੀ ਦਾ ਅਵਤਾਰ ਹੋਇਆ ਜਨਮ ਹੋਇਆ ਭਾਈ ਗੁਰਦਾਸ ਜੀ ਨੇ ਲਿਖਿਆ ਕਰ ਹਰਨਾਕਸ਼ ਦਾਤ ਦੇ ਕਲਰ ਕਵਲ ਭਗਤ ਪ੍ਰਹਲਾਦ ਪਾਵਕ ਲਰ ਦੀ ਧਰਤੀ ਦਾਤਾਂ ਦੇ ਕਰਮਜ ਭਗਤ ਪੈਦਾ ਹੋ ਗਿਆ ਪਰਮਾਤਮਾ ਦਾ 8 ਸਾਲ ਦੀ ਉਮਰ ਵਿੱਚ ਭਗਤ ਪ੍ਰਹਲਾਦ ਜੀ ਨੇ ਬੰਦਗੀ ਸ਼ੁਰੂ ਕਰ ਦਿੱਤੀ ਸੀ ਪਰਮਾਤਮਾ ਦੀ ਤੇ ਉਹਦਾ ਜਿਹੜਾ ਪਿਤਾ ਸੀ ਹਰਨਾਖਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹਦਾ ਨਾਮ ਆਇਆ ਪਰ ਰੋਜ਼ ਪੜਦੇ ਹਰ ਜੁਗ ਜੁਗ ਭਗਤ ਉਪਾਇਆ ਪੈਦ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਉਹਨੂੰ ਦੁਸ਼ਟ ਕਰਕੇ ਕਿਹਾ ਮਹਾਰਾਜ ਜੀ ਨੇ ਕਿਉਂਕਿ ਉਹਦੇ ਵੱਲ ਤਾਕਤ ਬਾਤ ਸੀ ਉਹਨੇ 8 ਵਾਰ ਲਏ ਹੋਏ ਸਨ ਮੈਂ ਦਿਨੇ ਬਰਾਂ ਨਾਤ ਮਰਾ ਭਾਵ ਉਹਨੇ 8 ਵਾਰ ਲਏ ਸੀ ਮੈਂ ਆਕਾਸ਼ ਵਿੱਚ ਥੱਲੇ ਜਦ ਦਾਤ ਜੋ ਕੋਈ ਪਸ਼ੂ ਪੰਖੀ ਕੋਈ ਵੀ ਮੈਨੂੰ ਮਾਰ ਨਾ ਸਕੇ ਸਾਤ ਸੰਗਾ ਜੀ ਜਦੋਂ ਬੰਦੇ ਵੱਲ ਤਾਕਤ ਆ ਜਾ ਦਿੰਦਾ ਫਿਰ ਅਹੰਕਾਰ ਵੀ ਆ ਜਾਂਦਾ ਮੈਂ ਆ ਜਾਂਦੀ ਵਿਦਵਾਨਕ ਨਾ ਮੈਂ ਜਿਸੇ ਮੈਂ ਕੀ ਲਗੇ ਹਵਾ ਉਸ ਕੋ ਦਵਾ ਲਗੇ ਨਾ ਦੁਆ ਲਗੇ ਉਹ ਬੰਦੇ ਨੂੰ ਨਾ ਦੁਆ ਲਗਦੇ ਨਾ ਕੋਈ ਦਵਾ ਲਗਦੀ ਹਰਨਾਖਸ਼ ਏਓ ਜਹਾ ਦਾਇਤ ਸੀ ਤੇ ਉਹ ਆਪਣੇ ਰਾਜ ਵਿੱਚ ਸਾਰਿਆਂ ਨੂੰ ਜਲੇ ਹਰਨਾਖਸ਼ ਥਲੇ ਹਰਨਾਖਸ਼ ਆਪਣੇ ਆਪ ਨੂੰ ਰੱਬ ਅਖਵਾਉਂਦਾ ਸੀ ਸਾਧ ਸੰਗਤ ਜੀ ਵੇਖੋ ਦੁਨਿਆਵੀ ਵਿੱਚ ਕੋਈ ਵੀ ਬੰਦਾ ਕਿੰਨਾ ਵੱਡਾ ਹੋ ਸਕੇ ਉਹ ਰੋਟੀ ਕਪੜਾ ਮਕਾਨ ਇਹ ਕੁਝ ਦੇ ਸਕਦਾ ਪਰ ਜਿਹੜੇ ਪ੍ਰਾਣ ਹਨ ਪਾਵ ਮਨੁੱਖ ਨੂੰ ਜਿਹੜੇ ਸਵਾਸ ਉਹ ਵਾਹਿਗੁਰੂ ਹੀ ਦਿੰਦਾ ਹੈ ਵੇਖੋ ਸਿਕੰਦਰ ਦਾ ਆਪਾਂ ਇਤਿਹਾਸ ਪੜ੍ਹਦੇ 21 ਸਾਲ ਦਾ ਨੌਜਵਾਨ ਸੀ ਸਿਕੰਦਰ ਆਦੀ ਤੋਂ ਵੱਧ ਦੁਨੀਆਂ ਉਹਨੇ ਜਿੱਤ ਲਈ ਸੀ ਉਸ ਸਮੇਂ ਵਿੱਚ ਕਹਿੰਦੇ ਉਹਨੇ 15 ਲੱਖ ਮਰੱਬਾ ਜਿਹੜੀ ਜ਼ਮੀਨ ਉਪਜੇ ਕਪੜੇ ਆਪਣੇ ਕਬਜ਼ੇ ਵਿੱਚ ਕਰ ਲਈ ਸੀ ਭਾਵ ਅੱਧੀ ਜਿਹੜੀ ਦੁਨੀਆਂ ਉਹਦੇ ਅਨੁਸਾਰ ਚੱਲਦੀ ਸੀ ਉਹਨੇ ਜਿੱਤ ਲਈ ਸੀ 21 ਸਾਲ ਦਾ ਨੌਜਵਾਨ ਸੀ ਉਹ ਜਿਸ ਵੇਲੇ ਉਹਦਾ ਅੰਤ ਸਮਾਂ ਨੇੜੇ ਆਇਆ ਨਾ ਉਹਦਾ ਹਕੀਮ ਸੀ ਅਰਸਤੂ ਕਰਕੇ ਮੰਡੇ ਤੇ ਪਿਆ ਹੋਇਆ ਸੀ ਸਿਕੰਦਰ ਤੇ ਅਰਸਤੂ ਨੇ ਉਹਦੀ ਨਬਜ਼ ਫੜੀ ਤੇ ਕਹਿਣ ਲਗਾ ਸਿਕੰਦਰਾ ਹੁਣ ਤੇਰਾ ਸਮਾਂ ਨੇੜੇ ਆ ਗਿਆ ਕੁਝ ਮਿੰਟ ਕੁਝ ਟਾਈਮ ਤੇਰੇ ਕੋਲ ਬਾਕੀ ਆ ਕੁਝ ਕਹਿਣਾ ਚਾਹੁੰਦਾ ਤੇ ਕਹਿ ਲਵੇ ਉਹਨੇ ਉਸ ਵੇਲੇ ਸਾਥ ਸੰਗਤ ਜੀ ਨਾਲ ਆਪਣੇ ਮਾਪੇਵੋ ਨੂੰ ਯਾਦ ਕੀਤਾ ਨਾ ਬੱਚਿਆਂ ਨੂੰ ਘਰ ਵਾਲੀ ਨੂੰ ਕਿਸੇ ਨੂੰ ਯਾਦ ਨਹੀਂ ਕੀਤਾ ਉਨੇ ਕਿਹਾ ਮੇਰੇ ਵਜ਼ੀਰ ਨੂੰ ਬੁਲਾਓ ਜਿਸ ਵੇਲੇ ਵਜ਼ੀਰ ਕੋਲ ਆਇਆ ਤੇ ਸਿਕੰਦਰ ਨੇ ਕਿਹਾ ਜਿਸ ਵੇਲੇ ਮੇਰਾ ਜਨਾਦਾ ਮੈਨੂੰ ਦਫਨ ਕਰਨ ਲੈ ਜਾਓਗੇ ਨਾ ਮੇਰੇ ਹੱਥ ਦੋਵੇਂ ਬਾਹਰ ਖੁੱਲੇ ਭਾਓ ਜਿਸ ਵੇਲੇ ਮੈਰਾ ਕਬਰਸਤਾਨ ਮੈਨੂੰ ਲੈ ਜਾਓਗੇ ਨਾ ਮੇਰੇ ਦੋਵੇਂ ਹੱਥ ਬਾਹਰ ਰੱਖੇ ਜਾਵੇ ਤੇ ਖੁੱਲੇ ਖਾਲੀਆਤ ਰੱਖੇ ਜਾਵੇ ਦੁਨੀਆਂ ਨੂੰ ਪਤਾ ਚੱਲ ਜਾਵੇ ਕਿ 15 ਲੱਖ ਮਰਬੇ ਜਿੱਤ ਕੇ ਵੀ ਮੈਂ ਆਖਿਰ ਤੇ ਸਿਕੰਦਰ ਖਾਲੀ ਚਲਾ ਗਿਆ ਕਿਸੇ ਵਿਦਵਾਨ ਨੇ ਲਿਖਿਆ ਨਾ ਇਹ ਉਹ ਬਾਗ ਹੈ ਜਿਸਕੇ ਹਜ਼ਾਰੋਂ ਮਾਲੀ ਹੈ ਪਰ ਜਿਸ ਵੇਲੇ ਸਿਕੰਦਰ ਗਿਆ ਉਸਕੇ ਵੀ ਹੱਥ ਖਾਲੀ ਹੈ ਸਿਕੰਦਰ ਵੇਖੋ ਇਨੀ ਦੁਨੀਆ ਜਿੱਤਣ ਤੋਂ ਬਾਅਦ ਵੀ ਉਹਦੇ ਹੱਥ ਖਾਲੀ ਜਾਣਾ ਪਿਆ ਆਪਾਂ ਅਰ ਛੋਟੇ ਛੋਟੇ ਟੁਕੜੇ ਵਾਸਤੇ ਲੜਦੇ ਮਰਦੇ ਹਾਂ ਪਰ ਪਤਾ ਨਹੀਂ ਆਪਾਂ ਵੇਖੋ ਆਪਣਾ ਦਾਦਾ ਵੀ ਉੱਤੇ ਬੈਠਿਆ ਸੀ ਦਾਦਾ ਤੋਂ ਪਹਿਲੇ ਪਰਦਾਦਾ ਬੈਠਿਆ ਸੀ ਆਪਾਂ ਬਟੇ ਆਪਣੇ ਬੱਚੇ ਫਿਰ ਉਸ ਤੋਂ ਬਾਅਦ ਪਤਾ ਨਹੀਂ ਕੌਣ ਰਹਿਣ ਵਾਲਾ ਹੈ ਜ਼ਮੀਨ ਤੇ ਉੱਥੇ ਹੀ ਰਹਿਣੀ ਤੇ ਬਸ ਮਾਲਕ ਹੀ ਬਦਲਦੇ ਜਾਣੇ ਹਨ ਸੋ ਹਰਨਾਕਸ਼ ਜਿਹੜਾ ਬਹੁਤ ਵੱਡਾ ਅਹੰਕਾਰੀ ਸੀ ਤੇ ਉਹ ਝਲੇ ਹਰਨਾਕਸ਼ ਥਲੇ ਹਰਨਾਕਸ਼ ਜਪਾਉਂਦਾ ਸੀ ਭਗਤ ਪ੍ਰਹਲਾਦ ਬੱਚਿਆਂ ਨਾਲ ਖੇਡਦਾ ਖੇਡਦਾ ਨਾ ਕੁਮਾਰ ਦੇ ਇਲਾਕੇ ਵਿੱਚ ਲਾਗ ਗਿਆ ਜਿੱਥੇ ਮਿੱਟੀ ਦੇ ਬਰਤਨ ਬਣਦੇ ਸਨ ਤੇ ਇੱਕ ਮਾਈ ਬਾਟ ਕੇ ਨਾ ਬਜ਼ੁਰਗ ਮਾਤਾ ਉਸ ਵਾਹਿਗੁਰੂ ਪ੍ਰਮਾਤਮਾ ਰਾਮ ਦਾ ਨਾਮ ਜਪ ਰਹੀ ਸੀ ਮਾਲਾ ਲੈ ਕੇ ਭਗਤ ਪ੍ਰਹਿਲਾਦ ਦੀ ਨਿਗਾਹ ਪਈ ਤੇ ਉਹ ਪੁੱਛਣ ਲੱਗਾ ਮਾਤਾ ਕੀ ਕਰਦੀ ਹੋ ਉਹਨੇ ਆਖਿਆ ਮੈਂ ਉਸ ਵਾਹਿਗੁਰੂ ਪ੍ਰਮਾਤਮਾ ਰਾਮ ਦਾ ਨਾਮ ਜਪਦੀ ਹਾ ਭਗਤ ਕਰਨ ਲੱਗਾ ਇਹ ਕਿਹੜਾ ਰਾਮ ਹੈ ਵਾਹਿਗੁਰੂ ਮੇਰਾ ਪਿਤਾ ਹੀ ਸਭ ਕੁਝ ਉਹ ਹੀ ਰਬ ਹੈ ਉਹ ਸਭ ਕੁਝ ਦੇਣ ਵਾਲਾ ਹੈ ਤੋ ਬਜ਼ੁਰਗ ਮਾਤਾ ਕਹਣ ਲੱਗੀ ਨਹੀਂ ਜਿਹੜਾ ਵਾਹਿਗੁਰੂ ਪਰਮਾਤਮਾ ਨਾ ਉਹ ਸਾਰਿਆਂ ਦੇ ਸਵਾਸ ਦੇਣ ਵਾਲਾ ਉਹਦੇ ਅਨੁਸਾਰੀ ਸੰਸਾਰ ਵਿੱਚ ਬੰਦਾ ਆਉਂਦਾ ਤੇ ਚਲੇ ਜਾਂਦਾ ਤੇਰਾ ਪਿਤਾ ਠੀਕ ਆ ਇਸ ਟੁਕੜੇ ਦਾ ਮਾਲਕ ਹੋਊਗਾ ਜ਼ਮੀਨ ਰੋਟੀ ਮਕਾਨ ਕਪੜਾ ਖਾਣ ਪੀਣ ਨੂੰ ਦੇ ਸਕਦਾ ਪਰ ਜਿਹੜੇ ਸਵਾਸ ਨਾ ਉਹ ਵਾਹਿਗੁਰੂ ਪਰਮਾਤਮਾ ਹੀ ਦੇ ਸਕਦਾ ਤੇ ਉਹ ਬਜ਼ੁਰਗ ਮਾਤਾ ਕਾਣ ਲੱਗੀ ਮੈਂ ਮਿੱਟੀ ਦੇ ਭਾਂਡੇ ਤਿਆਰ ਕੀਤੇ ਸੀ ਤੇ ਅੱਗ ਵਿੱਚ ਰੱਖ ਦਿੱਤੇ ਬਰਤਨ ਪਕਾਉਣ ਵਾਸਤੇ ਪਰ ਉਹਦੇ ਵਿੱਚ ਦੋ ਬਿੱਲੀ ਦੇ ਬੱਚੇ ਰੱਖੇ ਗਏ ਕਿਹੜੇ ਭਾਂਡੇ ਵਿੱਚ ਰੱਖ ਕੇ ਗਏ ਮੈਨੂੰ ਪਤਾ ਨਹੀਂ ਤੇ ਜਦੋਂ ਆਵਾ ਖੁੱਲੂਗਾ ਤੇ ਉਹਨਾਂ ਦਾ ਕੀ ਹਾਲ ਹੋਊਗਾ ਪਤਾ ਨਹੀਂ ਇਸ ਕਰਕੇ ਮੈਂ ਉਹ ਖੁਦਾ ਵਾਹਿਗੁਰੂ ਨੂੰ ਯਾਦ ਕਰ ਰਹੀ ਹਾਂ ਕਿਉਂਕਿ ਉਹ ਇੱਕੋ ਇੱਕ ਮਾਲਕ ਹੈ ਬਚਾਉਣ ਵਾਲਾ ਉਸ ਤੋਂ ਬਿਗੈਰ ਹੁਣ ਅੱਗ ਵਿੱਚ ਭੱਟੀ ਵਿੱਚ ਕੋਈ ਨਹੀਂ ਬਚਾ ਸਕਦਾ ਸਾਥ ਸੰਗਤ ਜੀਓ ਸੱਚ ਗੱਲ ਹੈ ਪਿਛਲੇ ਸਮੇਂ ਵਿੱਚ ਕਰੋਨਾ ਦੀ ਮਹਾਮਾਰੀ ਥੀ ਵੇਖੋ ਪੰਤ ਤੋਂ ਚੰਗੇ-ਚੰਗੇ ਜਿਹੜੇ ਰੱਬ ਦੀਆਂ ਰੂਹਾਂ ਸੀ ਉਹ ਚਲੀਆਂ ਗਈਆਂ ਤੇ ਅੱਜ ਆਪਾਂ ਉਹਦੀ ਕਿਰਪਾ ਕਰਕੇ ਬੈਠੇ ਹਾਂ ਜਿਸ ਵੇਲੇ ਉਹ ਬਿਮਾਰੀ ਚੱਲ ਰਹੀ ਸੀ ਨਾ ਹਰ ਬੰਦਾ ਇੱਕ ਬੰਦੇ ਤੋਂ ਡਰਦਾ ਸੀ ਦੂਜੇ ਬੰਦੇ ਤੋਂ ਡਰ ਖਾਂਦਾ ਸੀ ਕੋਈ ਇੱਕ ਦੂਜੇ ਨੂੰ ਮਿਲ ਕੇ ਰਾਜੀ ਨਹੀਂ ਸੀ ਦਿੱਲੀ ਤੋਂ ਉਸ ਸਮੇਂ ਕਿਸਦਾ ਫੋਨ ਆਇਆ ਤੇ ਕਹਣ ਲੱਗਾ ਬਾਬਾ ਜੀ ਹੁਣ ਘਰ ਵਿੱਚ ਕੋਈ ਬੰਦਾ ਆਉਂਦਾ ਤੇ ਡਰ ਲੱਗਦਾ ਕਿ ਕਿਦਰੋਂ ਕੋਈ ਬਿਮਾਰੀ ਨਾਲ ਲੈ ਕੇ ਆਇਆ ਹੋਵੇ ਇਹੋ ਜਾਂ ਭਿਆਨਕ ਸਮਾ ਸੀ ਤੇ ਜਿਨ੍ਹਾਂ ਤੇ ਵਾਹਿਗੁਰੂ ਪ੍ਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਨੂੰ ਬਚਾਇਆ ਵੀ ਉਸ ਬਿਮਾਰੀ ਤੋਂ ਜਿਹੜੇ ਅੰਤ ਤੱਕ ਉਥੇ ਪਹੁੰਚ ਗਏ ਸਨ ਉਹਨਾਂ ਨੂੰ ਵੀ ਪ੍ਰਮਾਤਮਾ ਨੇ ਬਚਾਇਆ ਸੋ ਇਹ ਪ੍ਰਮਾਤਮਾ ਮਾਲਕ ਦੇ ਹੱਥ ਵਿੱਚ ਆ ਗੁਰੂ ਪਿਆਰਿਓ ਸੋ ਜਿਸ ਵੇਲੇ ਭਗਤ ਪ੍ਰਹਲਾਦ ਨੇ ਵੇਖਿਆ ਨਾ ਉਹ ਮਾਤਾ ਨਾਮ ਜਪ ਰਹੀ ਐ ਤੇ ਉਹਨੇ ਕਿਹਾ ਨਾ ਕਿ ਵਾਹਿਗੁਰੂ ਪ੍ਰਮਾਤਮਾ ਰਾਮ ਹੀ ਉਹ ਬਚਾਉਣ ਵਾਲਾ ਬੱਚਿਆਂ ਨੂੰ ਹੁਣਾ ਤੇ ਜਿਸ ਵੇਲੇ ਸਮਾਂ ਲੰਘ ਗਿਆ ਚਾਰ ਪੰਜ ਦਿਨ ਪ੍ਰਹਲਾਦ ਰੋਜ਼ ਚੱਕਰ ਮਾਰੇ ਮਾਤਾ ਤੂੰ ਆਵਾ ਇਹ ਪੱਟੀ ਕਦੋਂ ਖੋਲੂਗੀ ਬਰਤਨ ਕਦੋਂ ਬਾਹਰ ਕੱਢੇਗੀ ਜਿਸ ਵੇਲੇ 15 ਦਿਨ ਹੋਏ ਉਹਨੇ ਜਿਹੜੇ ਮਿੱਟੀ ਦੇ ਘੜੇ ਭਾਂਡੇ ਰੱਖੇ ਹੋਏ ਸਨ ਆਵੇ ਵਿੱਚ ਅੱਗ ਵਿੱਚ ਬਾਹਰ ਕਢਦੀ ਗਈ ਇੱਕ ਇੱਕ ਕਰਕੇ ਸਾਰੇ ਵੇਖ ਲਏ ਪਰ ਆਖਿਰ ਤੇ ਇੱਕ ਭਾਂਡਾ ਕੱਢਿਆ ਉਹ ਜਿਹੜਾ ਬਰਤਨ ਦਾ ਘੜਾ ਸੀ ਮਿੱਟੀ ਦਾ ਉਹ ਕੱਚਾ ਰਿਹਾ ਤੇ ਉਹਦੇ ਵਿੱਚ ਜਿਹੜੇ ਬਿੱਲੀ ਦੇ ਬੱਚੇ ਸੀ ਉਹ ਜਿੰਦੇ ਸੀ ਇਹ ਵੇਖ ਕੇ ਪ੍ਰਮਾਤਮਾ ਤੇ ਭਰੋਸਾ ਆ ਗਿਆ ਭਗਤ ਪ੍ਰਹਲਾਦ ਜੀ ਨੂੰ ਔਰ ਦਿਨ ਤੋਂ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣ ਲੱਗੇ ਜੋ ਮਦਰਸੇ ਵਿੱਚ ਜਲੇ ਹਰਨਾਕਿ ਥਲੇ ਹਰਨਾਕਿ ਪੜਾਇਆ ਜਾਂਦਾ ਸੀ ਉੱਥੇ ਹੁਣ ਜਲੇ ਹਰੀ ਥਲੇ ਹਰੀ ਉਹ ਪਰਮਾ ਪੜਾਇਆ ਜਾਣ ਲੱਗਾ ਜਿਸ ਵੇਲੇ ਉਹਦੇ ਪਿਤਾ ਨੂੰ ਪਤਾ ਚੱਲਿਆ ਕਿ ਮੇਰਾ ਪੁੱਤ ਹੀ ਮੇਰੇ ਉਲਟ ਹੋ ਗਿਆ ਪਰਮਾਤਮਾ ਦੀ ਬਦਨਗੀ ਕਰਨ ਲੱਗਾ ਕਹਿੰਦੇ ਹਨ ਉਹਦੇ ਆਪਣੀ ਭੈਣ ਜਿਹੜੀ ਸੀ ਹੌਲਕਾ ਉਨੂੰ ਵਰਸੀ ਕੇ ਇੱਕ ਚਾਦਰ ਮਲੀ ਹੋਈ ਸੀ ਉਹ ਹੋਲ ਕੇ ਬਾੜ ਦਿੱਤ ਅੱਗ ਵਿੱਚ ਭਾਉ ਅਨੁਸ਼ੇਤ ਨਹੀਂ ਲੱਗਦਾ ਸੀ ਉਹਨੇ ਸੋਚਿਆ ਮੈਂ ਪ੍ਰਲਾਦ ਨੂੰ ਲੈ ਕੇ ਬਾੜ ਦਾਵਾਂਗੀ ਅੱਗ ਵਿੱਚ ਮੇਰਾ ਕੁਛ ਨਹੀਂ ਹੋਵੇਗਾ ਪ੍ਰਲਾਦ ਸੜ ਜਾਵੇਗਾ ਪਰ ਸਾਧ ਸੰਗਤ ਜੀ ਜਿਹੜਾ ਪ੍ਰਮਾਤਮਾ ਦਾ ਭਗਤ ਹੈ ਉਹਨਾਂ ਵਰਤ ਕਿਆਰ ਨੰਨਾ ਕੋਈ ਮਰਹ ਨ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਪ੍ਰਮਾਤਮਾ ਵਸਦਾ ਨਾ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਜਦੋਂ ਤੱਕ ਪ੍ਰਮਾਤਮਾ ਦਾ ਹੁਕਮ ਨਾ ਆਵੇ ਦੇਵ ਨੇ ਇਹੋ ਜਿਹੀ ਉਹ ਚਾਦਰ ਉਡ ਕੇ ਪ੍ਰਲਾਦ ਤੇ ਆਈ ਹੋਲਕਾ ਸੜ ਗਈ ਉਸ ਦਿਨ ਤੋਂ ਸਨਾਤਨ ਧਰਮ ਵਾਲੇ ਇਹ ਹੋਲੀ ਦਾ ਤਿਵਾਰ ਮਨਾਉਂਦੇ ਸਨ ਪਰਮ ਰਿ ਬਾਜਾਂ ਵਾਲੇ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਚੋਜ ਨਿਆਰੇ ਹੀ ਹਨ ਸਾਧ ਸੰਗਤ ਜੀ ਹੁਣੇ ਰਾਗੀ ਸਿੰਘਾਂ ਨੇ ਪੜਿਆ ਨਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਨਿਆਰਾ ਖਾਲਸਾ ਕਲਗੀਧਰ 파ਰਸ਼ਾ ਨੇ ਸਿਰਜਿਆ ਤੇ ਜਿਸ ਵੇਲੇ ਸਨਾਤਨ ਧਰਮ ਵਾਲੇ ਹੋਲੀ ਮਨਾਉਂਦੇ ਤੇ ਸਿੰਘ ਜਿਹੜੇ ਉਹ ਹੋਲਾ ਮਹਿਲਾ ਖੇਡਦੇ ਹਨ ਕਿਸੇ ਵਿਦਵਾਨ ਨੇ ਕਿਆ ਨਾ ਅਵਰਣ ਕੀ ਹੋਲੀ ਮਮ ਹੋਲਾ ਕਹੋ ਕਿਰਪਾ ਨਿਤ ਬਚਨ ਅਮੋਲਾ ਇਹ ਬੋਲਾ ਹੈ ਨਾਇੰਕ ਸਿੰਘਾਂ ਦੇ ਬੋਲੇ ਹੁੰਦੇ ਉਹ ਬਦਾਮਾਂ ਨੂੰ ਵੀ ਭਾਵ ਜਿਹੜੇ ਛੋਲੇ ਆ ਉਹਨੂੰ ਬਦਾਮ ਕਹਿੰਦੇ ਜਿਹੜੇ ਗੰਡੇ ਹੁੰਦੇ ਉਹਨੂੰ ਗ੍ਰੇਨਾਈਟ ਕਹਿੰਦੇ ਬੰਮ ਕਹਿੰਦੇ ਇਸ ਤਰ੍ਹਾਂ ਉਹਨਾਂ ਦੇ ਬੋਲੇ ਹੁੰਦੇ ਇਸ ਤਰ੍ਹਾਂ ਹੋਲੀ ਨੂੰ ਵੀ ਉਹ ਹੁਲਾ ਕਹਿੰਦੇ ਖੰਡ ਨੂੰ ਕਹਿੰਦੇ ਚੁੱਪ ਇਸ ਤਰ੍ਹਾਂ ਉਹਨਾਂ ਦੇ ਬੋਲੇ ਹੁੰਦੇ ਨੇ ਸਿੰਘਾਦ ਤੇ ਹੋਲੀ ਨੂੰ ਵੀ ਹੋਲਾ ਕਹਿੰਦੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਵੇਲੇ ਅਨੰਦਪੁਰ ਦੇ ਧਰਤੀ ਤੇ ਵਿਰਾਜਮਾਨ ਸੀਨਾ ਤੇ ਸਿੰਘਾਂ ਨੇ ਕਿਹਾ ਮਹਾਰਾਜ ਹੁਣ ਹੋਲੀ ਦਾ ਤਿਵਾਰ ਆ ਰਿਹਾ ਹੈ ਕਲਗੀਧਰ ਪਾਤਸ਼ਾਹ ਨੇ ਕਿਹਾ ਆਪਾਂ ਹੋਲੀ ਨਹੀਂ ਹੋਲਾ ਮਹਲਾ ਖੇਡਾਂਗੇ ਉਸ ਤੋਂ ਪਹਿਲੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਇਹ ਪ੍ਰਸੰਗ ਲਿਖਿਆ ਹੋਇਆ ਹੈ ਉਸ ਤੋਂ ਪਹਿਲੇ ਮਹਾਰਾਜਨ ਕਿਹਾ ਕਿਉਂ ਹੁਲੇ ਮਾਹਲੇ ਤੇ ਸੰਗਤਾਂ ਬਹੁਤ ਆਉਣ ਗਿਆ ਥਾਂ ਥਾਂ ਤੇ ਲੰਗਰ ਲਗਾਏ ਜਾਵੇ ਤੇਰਾ ਲੰਗਰ ਕਹਿੰਦੇ ਉਸ ਵੇਲੇ ਚੱਲਦੇ ਸੀ ਮਹਾਰਾਜ ਦੇ ਵੇਲੇ ਅੱਜ ਵੀ ਸਾਧ ਸੰਗਤ ਜੀ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਇੱਥੇ ਹਜੂਰ ਸਾਹਿਬ ਦੇ ਧਰਤੀ ਤੇ ਹੋਰ ਕਈ ਥਾਵਾਂ ਤੇ ਜਿੱਥੇ ਹੁਲਾ ਮਹਿਲਾ ਖੇੜਿਆ ਜਾਂਦਾ ਬਿਆੰਤ ਲੰਗਰ ਲੱਗਦੇ ਸਨ ਸੋ ਕਲਗੇਦਰ 파ਸ਼ਾ ਨੇ ਲੰਗਰ ਲਾਉਣ ਦਾ ਹੁਕਮ ਦਿੱਤਾ ਤੇ ਭਾਈ ਅਨੰਦ ਲਾਲ ਜੀ ਮਹਾਰਾਜ ਜੀ ਦੇ ਹਜੂਰੀ ਕਬੀ ਉਹਨਾਂ ਨੇ ਵੀ ਮਹਾਰਾਜ ਤੋਂ ਆਗਿਆ ਮੰਗੀ ਮਹਾਰਾਜ ਕਿਰਪਾ ਕਰੋ ਮੈਂ ਵੀ ਲੰਗਰ ਦੀ ਸੇਵਾ ਕਰਾਂ ਮਹਾਰਾਜ ਨੇ ਸਾਰਿਆਂ ਨੂੰ ਹੁਕਮ ਦਿੱਤਾ ਜਾਓ ਭਾਈ ਆਪੋ ਆਪਣੇ ਲੰਗਰਵ ਦੇ ਸੇਵਾ ਕਰੋ ਤੇ ਬਾਦਾਵਾਲ ਕਲਗੀਧਰ ਪਾਤਸ਼ਾਹ ਦੇ ਮਨ ਵਿੱਚ ਖਿਆਲ ਆਇਆ ਲੰਗਰ ਤੇ ਬਹੁਤ ਲੱਗੇ ਹੋਏ ਹਨ ਪਰ ਇਹਨਾਂ ਦੀ ਪਰਖ ਕਰਨੀ ਚਾਹੀਦੀ ਕਿਉਂਕਿ ਸਾਰੇ ਦਾਅਵੇ ਕਰਦੇ ਸਨ ਕਿ ਮੇਰਾ ਲੰਗਰ ਬਹੁਤ ਵੱਡਾ ਹੈ ਬਹੁਤ ਚੰਗਾ ਹੈ ਤੇ ਮੈਂ ਬੜੇ ਪ੍ਰੇਮ ਨਾਲ ਛਕਾਉਂਦਾ ਹਾਂ ਕਲਗੀਧਰ ਪਾਤਸ਼ਾਹ ਨੇ ਰਾਤ ਵੇਲੇ ਨਾ ਪੇਸ ਵਟਾ ਕੇ ਇੱਕ ਲੰਗਰ ਵਿੱਚ ਗਏ ਤੇ ਰਾਤ ਦਾ ਟਾਈਮ ਸੀ ਉਹ ਕਹਿਣ ਲੱਗਾ ਹੁਣ ਰੰਗਰ ਮਸਤਾਨਾ ਹੋ ਗਿਆ ਬਾਬਾ ਜੀ ਸਵੇਰੇ ਆਓ ਵੱਡੇ ਵੱਡੇ ਜਿਹੜੇ ਲੰਗਰ ਹੀ ਕਹਿਣ ਵਾਲੇ ਉਹਨਾਂ ਦੇ ਲੰਗਰਾਂ ਵਿੱਚ ਮਹਾਰਾਜ ਗਏ ਕਿ ਅਨਕਿਆ ਮਹਾਰਾਜ ਦਾ ਲਾਹਗੀ ਪ੍ਰਸ਼ਾਦਾ ਸਵੇਰੇ ਮਿਲੂਗਾ ਇਸ ਤਰ੍ਹਾਂ ਸਾਰਿਆਂ ਦੀ ਪਰਖ ਕੀਤੀ ਜਿਸ ਵੇਲੇ ਭਾਈ ਆਨੰਦ ਲਾਲ ਜੀ ਦੇ ਲੰਗਰ ਵਿੱਚ ਆਏ ਨਾ ਉਸ ਵੇਲੇ ਭਾਈ ਆਨੰਦ ਲਾਲ ਜੀ ਨੇ ਬਿਠਾਇਆ ਬਜ਼ੁਰਗੋ ਮਹਾਪੁਰਸ਼ੋ ਕਿਰਪਾ ਕਰੋ ਬੈਠੋ ਅਦਾਲਤ ਤਿਆਰ ਹੈ ਮੈਂ ਹੁਣ 2-4 ਮਿੰਟਾਂ ਵਿੱਚ ਤੁਹਾਨੂੰ ਪ੍ਰਸ਼ਾਦੇ ਬਣਾ ਕੇ ਛਕਾਉਂਦਾ ਹਾਂ ਉਸ ਵੇਲੇ ਅੱਧੀ ਰਾਤ ਵੇਲੇ ਪ੍ਰਸ਼ਾਦਾ ਛਕਾਇਆ ਤੇ ਮਹਾਰਾਜ ਬੜੇ ਪ੍ਰਸੰਨ ਹੋਏ ਭਾਈ ਆਨੰਦ ਲਾਲ ਜੀ ਤੇ ਤੇ ਉਨ੍ਹਾਂ ਨੂੰ ਵਰਦ ਤੱਕ ਤੁਹਾਡਾ ਲੰਗਰ ਜਿਹੜਾ ਹੈ ਉਹ ਪਾਸ ਹੈ ਤੁਸੀਂ ਪਾਸ ਹੋ ਗਏ ਜਿਸ ਵੇਲੇ ਹੋਲੇ ਮੱਲੇ ਦਾ ਦਿਨ ਆਣਾ ਸਾਧ ਸੰਗਤ ਦੀ ਕਲਗੀਧਰ 파ਰਸ਼ਾ ਜੀ ਨੇ ਆਪਣੇ ਹੱਥ ਨਾਲ ਆਪ ਪਿਚਕਾਰੀ ਲਾ ਕੇ ਸੰਗਤਾਂ ਤੇ ਰੰਗ ਛਿੜਕਿਆ ਗੁਲਾਲ ਖੇਡਿਆ ਤੇ ਮਹਿਲਾ ਖੇਡਿਆ ਗਿਆ ਅਨੰਦਪੁਰ ਵਿੱਚ ਸਾਰੇ ਸ਼ਹਿਰ ਵਿੱਚ ਚੱਕਰ ਮਾਰ ਕੇ ਸ਼ਾਮ ਨੂੰ ਮਹਿਲਾ ਵਾਪਸ ਆਇਆ ਉਸ ਪਰੰਪਰਾ ਨੂੰ ਕਾਇਮ ਰੱਖਿਆ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਅੱਜ ਵੀ ਭਾਵਨ ਤਖਤਾਂ ਤੇ ਮਹੱਲੇ ਖੇਡੇ ਜਾਂਦੇ ਹਨ ਇਹ ਕਲਗੀਧਰ 파ਰਸ਼ਾ ਜੀ ਦੀ ਬਖਸ਼ਿਸ਼ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਇਹ ਮਹਿਲੇ ਦੀਆਂ ਦਾਤਾਂ ਬਖਸ਼ੀਆਂ। ਸ਼ਾਸਤਰ, ਵਸਤਰ, ਰਾਤ ਵਿੱਚ ਤਿਆਰ ਪਰ ਤਿਆਰ ਨੰਦਹਿਰਨ ਦਾ ਮਹਾਰਾਜ ਜੀ ਨੇ ਹੁਕਮ ਦਿੱਤਾ। ਸੋ ਅੱਜ ਆਪਾਂ ਹੋਲੇ ਮੱਲੇ ਦੇ ਪਾਵਨ ਇਸ ਗੁਰਪੁਰਬ ਤੇ ਤਖਤ ਸਾਹਿਬ ਤੇ ਹਾਜ਼ਰੀਆਂ ਭਰਨ ਵਾਸਤੇ ਇਕੱਤਰ ਹੋਏ ਹਾਂ। ਭਾਈ ਜਿਵੇਂ ਹੋਲੇ ਮੱਲੇ ਤੇ ਰੰਗ ਖੇਡਦੇ ਆਂ ਉਸ ਤਰ੍ਹਾਂ ਅੰਦਰ ਦਾ ਜਿਹੜਾ ਰਾਮ ਰੰਗ ਜਿਸ ਬਾਰੇ ਮਹਾਰਾਜ ਨੇ ਕਿਹਾ ਰਾਮ ਰੰਗ ਕਦ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਜਿਹਨੂੰ ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਸੋਜੀ ਦਿੰਦਾ ਉਹਨਾਂ ਦੇ ਹਿਰਦੇ ਚ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਰੰਗ ਚੜਦਾ ਹੈ ਆਵ ਆਪਾਂ ਸਾਹਿਬਾਂ ਦੇ ਦਰ ਤੇ ਬੈਠਿਆਂ ਪਾਈ ਰਾਗ ਦੁਆਕ ਈਰਖਾ ਇਹ ਸਭ ਅਵਗਣਾਂ ਨੂੰ ਦੂਰ ਕਰਕੇ ਉਸ ਵਾਹਿਗੁਰੂ ਪਰਮਾਤਮਾ ਦੇ ਰੰਗ ਦੇ ਨਾਮ ਦੇ ਨਾਲ ਭਿਜੀਏ ਨਾਮ ਨਾਲ ਜੁੜੀਏ ਤਾਂ ਇਹ ਆਪਾਂ ਨੂੰ ਇਹ ਜਿਹੜਾ ਹੋਲਾ ਮਹਿਲਾ ਮਨਾਇਆ ਸਫਲਾ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਬ੍ਰਹਮ ਕਰਨ ਸਾਰਿਆਂ ਤੇ ਮਹਾਂਪੁਰਖ ਸਚਕਣ ਵਾਸੀ ਬਾਬਾ ਮਿੱਤ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਮਾਤਾ ਸਾਹਿਬ ਵਾਲੇ ਉਹਨਾਂ ਦਾ ਇੱਕ ਵਚਨ ਚਿੱਤੇ ਆ ਗਿਆ ਉਹਨਾਂ ਕੋਲ ਕੋਈ ਸੇਵਕ ਰਹਿੰਦਾ ਸੀ ਸਿੱਖ ਰਹਿੰਦਾ ਸੀ ਤੇ ਉਹਦਾ ਸੁਭਾਅ ਸੀ ਹਰੇਕ ਦੀਆਂ ਗਲਤੀਆਂ ਕੱਢਣੀਆਂ ਨੁਕਤੇ ਹਰੇਕ ਨੂੰ ਕਹਿਣਾ ਫਲਾਣਾ ਬੰਦਾ ਇਹੋ ਜਾਂ ਉਹਦੇ ਵਿੱਚ ਇਹ ਨੁਕਸ ਹੈ ਇਹ ਕਮੀ ਆ ਤੇ ਮਹਾਪੁਰਖਾਂ ਨੇ ਕਿਹਾ ਇਹ ਦੀ ਤੇ ਇਹ ਗਲਤੀ ਜਿਹੜੀ ਇਹ ਆਵਗਣ ਦੂਰ ਕਰਨਾ ਚਾਹੀਦਾ ਮਹਾਪੁਰਖ ਕਣ ਲੱਗੇ ਪਾਈ ਗੁਰਮੁਖਾ ਫਲਾਣੀ ਥਾਂ ਤੇ ਬਾਜ਼ਾਰ ਲੱਗਿਆ ਹੋਇਆ ਘੋੜਿਆਂ ਦਾ ਆਪਾਂ ਘੋੜੇ ਖਰੀਦੇ ਚੱਲ ਤੈਨੂੰ ਪਤਾ ਹੈ ਘੋੜਿਆਂ ਬਾਰੇ ਤੂੰ ਦੱਸ ਮਹਾਪੁਰਖ ਤੇ ਬ੍ਰਹਮ ਗਿਆਨੀ ਸਾਨੂੰ ਨਾ ਨੂੰ ਸਭ ਕੁਝ ਪਤਾ ਸੀ ਫਿਰ ਵੀ ਉਹਦਾ ਜਿਹੜਾ ਅਵਗੁਣ ਦੂਰ ਕਰਨ ਵਾਸਤੇ ਉਹਨਾਂ ਨੇ ਕਿਹਾ ਚੱਲ ਆਪਾਂ ਫਲਾਣੇ ਪਿੰਡ ਜਿੱਤੇ ਬਾਜ਼ਾਰ ਲਗਿਆ ਨਾ ਉੱਥੋਂ ਘੋੜੇ ਖਰੀਦ ਕੇ ਲਿਆਈਏ ਉਹ ਵੀ ਬੜਾ ਖੁਸ਼ ਹੋ ਗਿਆ ਕਿ ਮਾਪੁਰਖਾਂ ਨੂੰ ਘੋੜਾ ਦਿਵਾਉਣਾ ਮੈਨੂੰ ਲੱਜਾਰੇ ਗਿਆ ਜੀ ਨਾਲ ਵੇਖਿਆ ਇੱਕ ਕੋੜਾ ਵੇਖਿਆ ਉਹਦਾ ਨੱਕ ਵੇਖਿਆ ਕਿਸੇ ਦਾ ਕੰਨ ਵੇਖਿਆ ਉਹਨੂੰ ਰਿਜੈਕਟ ਕਰ ਦਿੱਤਾ ਇਹ ਵੀ ਨਹੀਂ ਠੀਕ ਇਹ ਵੀ ਠੀਕ ਨਹੀਂ ਜਿਸ ਤਰ੍ਹਾਂ ਪੰਡ ਸਦ ਘੋੜੇ ਵੇਖ ਲਏ ਨਾ ਤੇ ਮਾਪੁਰ ਕਰਨ ਲੱਗੇ ਗੁਰਮਖਾ ਤੂੰ ਘੋੜੇ ਤੇ ਸਾਰੇ ਵੇਖੇ ਤੇ ਕੁਛ ਨਾ ਕੁਛ ਨੁਕਸ ਕੱਢਦਾ ਹੀ ਗਿਆ ਤੇ ਘੋੜਾ ਕੀ ਕਹਿੰਦਾ ਉਹ ਵੀ ਸੁਣਿਆ ਤੂੰ ਕਦੇ ਉਹ ਕਣ ਲੱਗਾ ਮਹਾਰਾਜ ਘੋੜਾ ਕੀ ਕਹਿੰਦਾ ਮਹਾਪੁਰ ਕਰਨ ਲੱਗੇ ਕੋਲਾ ਕਹਿੰਦਾ ਹੁਣ ਸਾਡੇ ਤੇ ਨੁਕਸ ਕੱਢ ਲੈ ਤੂੰ ਸਾਡੇ ਤੇ ਆਪ ਗੁਨਾਹ ਗਲਤੀਆਂ ਵੇਖਦਾ ਰਿਹਾ ਦਾ ਨੱਕ ਕਾ ਠੀਕ ਨਹੀਂ ਕੰਨ ਠੀਕ ਨਹੀਂ ਕੜ ਆਪਣੇ ਅੰਦਰ ਚਾਕੀ ਮਾਰ ਤੇਰੇ ਵਿੱਚ ਕਿੰਨੇ ਆਪ ਗੁਨਾਹ ਆ ਉਹ ਤੇ ਸ਼ਰਮਸ਼ਾਰ ਹੋ ਗਿਆ ਮਹਾਪੁਰ ਕਰਨ ਲੱਗੇ ਪਹਿਲੇ ਆਪਣੇ ਆਵਗਣ ਜਿਹੜਿਆਂ ਨੂੰ ਉਹ ਵੇਖਣੇ ਚਾਹੀਦੇ ਤਾਂ ਹੀ ਫਿਰ ਆਪਾਂ ਨੂੰ ਸਮਝ ਆਵੇਗੀ ਕਿ ਆਪਾਂ ਕਿੱਥੇ ਖੜੇ ਆ ਦੂਜੇ ਕਿੱਥੇ ਖੜੇ ਪਾਈ ਇਸ ਕਰਕੇ ਦੂਜੇ ਦੇ ਔਗਣ ਨਹੀਂ ਗੋ ਵੇਖਣੇ ਚਾਹੀਦੇ ਆਪਣੇ ਵੇਖਣੇ ਚਾਹੀਦੇ ਦੂਜੇ ਦੇ ਗੁਣ ਸੁਣ ਕੇ ਵੇਖ ਕੇ ਉਹ ਗ੍ਰਾਣ ਕਰਨੇ ਚਾਹੀਦੇ ਸਤਿਗੁਰੂ 바ਰਸ਼ਾ ਕਿਰਪਾ ਕਰਨ ਜਿਹੜੇ ਜੁੜੇ ਹੋਏ ਹਨ ਉਹਨਾਂ ਦੀ ਸੰਗਤ ਬਖਸ਼ਣ ਮਹਾਰਾਜ ਕਿਰਪਾ ਕਰਨ ਸਤਿਗੁਰੂ 바ਰਸ਼ਾ ਜੀ ਦੇ ਬੋਲਣ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਤੂੜ ਤਿਨਾ ਕੀ ਜੇਮਲੇ ਜੀ ਕਹ ਨਾਨਕ ਕੀ ਅਰਦਾਸ ਇਹੋ ਅਰਦਾਸ ਕਰੀਏ ਸਤਿਗੁਰੂ 파ਰਸ਼ਾ ਇਹੋ ਦੇ ਰਬ ਦੇ ਪਿਆਰਿਆਂ ਦੀ ਸੰਗਤ ਬਖਸ਼ਣ ਹੋਈ ਜਾਂ ਭੁੱਲਾ ਚੁਕਾ ਦੀ ਮਾਫੀ ਸਿੱਖ ਸੇਵਕ ਦਿੱਲੀ ਸਟੇਟ ਜੱਤਾ ਭਾਈ ਮਨਜੀਤ ਸਿੰਘ ਜਿਨ੍ਹਾਂ ਨੇ ਬਾਤ ਸੋਣਾ ਦਮ ਪ੍ਰਾਲਾ ਕੀਤਾ ਸਤਿਗੁਰੂ 파ਰਸ਼ਾ ਹੋਰ ਚੜ੍ਹਦੀ ਕਲਾ ਬਖਸ਼ਣ ਤੇ ਪੀਟੀਸੀ ਚੈਨਲ ਜੋ ਘਰ ਘਰ ਇਹ ਸਾਹਿਬਾਂ ਦੇ ਸਤਾਨ ਦੇ ਦਰਸ਼ਕ ਦਦਾਰੇ ਕਰਾਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਈਆ ਭੁੱਲਾ ਚੁੱਕਾ ਦੀ ਮਾਫੀ ਫਤਿਹ ਬਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ